ਸਤ ਸ੍ਰੀ ਅਕਾਲ ਦੋਸਤੋ ਪਿਛਲੇ ਦਿਨੀ ਸਾਡੇ ਦੇਸ਼ ਵਿੱਚ ਗਣਪਤੀ ਮਹਾਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਪਰ ਇਸ ਚਕਾ ਚੌਂਦ ਵਿੱਚ ਗਣਪਤੀ ਵਿਸਰਜਨ ਦੀਆਂ ਕੁਝ ਸਚਾਈਆਂ ਦਬ ਕੇ ਰਹਿ ਜਾਂਦੀਆਂ ਹਨ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਗਣਪਤੀ ਵਿਸਰਜਨ ਤੋਂ ਬਾਅਦ ਕੀ ਹੁੰਦਾ ਹੈ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਗਣਪਤੀ ਵਿਸਰਜਨ ਨਹੀਂ ਕਰਨਾ ਚਾਹੀਦਾ ਗਣਪਤੀ ਵਿਸਰਜਨ ਕਰੋ ਧੂਮ ਧਾਮ ਨਾਲ ਕਰੋ ਪਰ ਨਾਲ ਹੀ ਇਹ ਵੀ ਚੇਤੇ ਰੱਖੋ कि ਜਿਸ ਵਾਤਾਵਰਨ ਦੀ ਵਿੱਚ ਅਸੀਂ ਰਹਿੰਦੇ ਹਾਂ ਉਹ ਵੀ ਗੰਦਲਾ ਨਾ ਹੋਵੇ ਇਹਨਾਂ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਦੋਸਤੋ ਜਿਵੇਂ ਕਿ 10 ਦਿਨ ਤੱਕ ਅਸੀਂ ਗਣੇਸ਼ ਜੀ ਮਹਾਰਾਜ ਦੀ ਖੂਬ ਸੇਵਾ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਤੇ ਬਾਅਦ ਵਿੱਚ ਅਸੀਂ ਇਸ ਨੂੰ ਪਾਣੀ ਵਿੱਚ ਬਲੀਨ ਹੋਣ ਲਈ ਪਾਣੀ ਵਿੱਚ ਵਿਸਰਜਿਤ ਕਰ ਦਿੰਦੇ ਹਾਂ ਦੋਸਤੋ ਅਸੀਂ ਬਾਜ਼ਾਰਾਂ ਵਿੱਚੋਂ ਰੰਗ-ਬਰੰਗੀਆਂ ਮੂਰਤੀਆਂ ਖਰੀਦ ਤਾਂ ਲੈਂਦੇ ਹਾਂ ਪਰ ਇਹ ਹਰ ਇੱਕ ਮੂਰਤੀ ਮਿੱਟੀ ਦੀ ਨਹੀਂ ਬਣੀ ਹੁੰਦੀ ਇਹ ਰੰਗ-ਬਰੰਗੀਆਂ ਮੂਰਤੀਆਂ ਪਲਾਸਟਰ ਆਪਰਸ ਅਤੇ ਹੋਰ ਕੈਮੀਕਲਾਂ ਦੀਆਂ ਬਣੀਆਂ ਹੁੰਦੀਆਂ ਹਨ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੀਆਂ ਸਗੋਂ ਇਹ ਪਾਣੀ ਨੂੰ ਅਤੇ ਸਾਡੇ ਵਾਤਾਵਰਣ ਨੂੰ ਦੂਸ਼ਤ ਕਰ ਦਿੰਦੀਆਂ ਹਨ ਇਹ ਸਾਡੇ ਲਈ ਹੀ ਨਹੀਂ ਸਗੋਂ ਪਾਣੀ ਵਿੱਚ ਰਹਿਣ ਵਾਲੇ ਹਜ਼ਾਰਾਂ ਜੀਵਾਂ ਲਈ ਵੀ ਹਾਨੀਕਾਰਕ ਹੁੰਦੀਆਂ ਹਨ ਤੇ ਇਹ ਰੰਗ-ਬਰੰਗੀਆਂ ਮੂਰਤੀਆਂ ਹਜ਼ਾਰਾਂ ਜੀਵ-ਜੰਤੂਆਂ ਦੀ ਮੌਤ ਦਾ ਕਾਰਨ ਬਣਦੀਆਂ ਹਨ ਇਹ ਜ਼ਹਿਰੀਲਾ ਪਾਣੀ ਸਾਡੇ ਲਈ ਵੀ ਬਹੁਤ ਹਾਨੀਕਾਰਕ ਹੁੰਦਾ ਹੈ ਗਣਪਤੀ ਵਿਸਰਜਣ ਤੋਂ ਬਾਅਦ ਇਹ ਮੂਰਤੀਆਂ ਜਦੋਂ ਪਾਣੀ ਵਿੱਚ ਨਹੀਂ ਘੁਲਦੀਆਂ ਤਾਂ ਇਹ ਮੂਰਤੀਆਂ ਗੰਦੇ ਨਾਲਿਆਂ ਵਿੱਚ ਪਈਆਂ ਦਿਖਾਈ ਦਿੰਦੀਆਂ ਹਨ ਜੇਕਰ ਤੁਸੀਂ ਦੇਖੋ ਤਾਂ ਬੜਾ ਦੁੱਖ ਹੁੰਦਾ ਹੈ ਕਿ ਜਿਸ ਭਗਵਾਨ ਦੀ ਅਸੀਂ 10 ਦਿਨ ਤੱਕ ਖੂਬ ਸੇਵਾ ਕੀਤੀ ਪਾਠ ਪੂਜਾ ਕੀਤੀ ਉਹ ਅੱਜ ਗੰਦੇ ਨਾਲਿਆਂ ਵਿੱਚ ਰੋੜ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਦੋਸਤੋ ਦੂਸਰਾ ਮੈਂ ਦੇਖਿਆ ਹੈ ਜਦੋਂ ਗਣਪਤੀ ਵਿਸਰਜਣ ਤੋਂ ਪਹਿਲਾਂ ਹੁਲੜ ਬਾਜਾਂ ਵੱਲੋਂ ਗਣਪਤੀ ਮਹਾਰਾਜ ਜੀ ਦਾ ਜਲੂਸ ਸੜਕਾਂ ਦੇ ਉੱਪਰ ਕੱਢਿਆ ਜਾਂਦਾ ਹੈ ਅਤੇ ਕਈ ਥਾਵਾਂ 'ਤੇ ਇਸ ਤਰ੍ਹਾਂ ਸੜਕ ਹਾਦਸੇ ਵੀ ਹੋ ਜਾਂਦੇ ਹਨ ਇਸ ਤੋਂ ਇਲਾਵਾ ਗਣਪਤੀ ਵਿਸਾਰਜਨ ਦੇ ਸਮੇਂ ਪਾਣੀ ਦੇ ਵਿੱਚ ਬਹੁਤ ਹੀ ਵੱਡੀਆਂ-ਵੱਡੀਆਂ ਮੂਰਤੀਆਂ ਤਾਰਦੇ ਹਨ ਤਾਂ ਸੈਂਕੜੇ ਹਜ਼ਾਰਾਂ ਨੌਜਵਾਨ ਇੰਨੀਆਂ ਮੂਰਤੀਆਂ ਨੂੰ ਉਤਾਰਨ ਦੇ ਲਈ ਜਦ ਪਾਣੀ ਦੇ ਵਿੱਚ ਰੁੜਨ ਦੇ ਲਈ ਲੱਗ ਜਾਂਦੇ ਆ ਨਾ ਇਸ ਤਰ੍ਹਾਂ ਵਿਸਰਜਣ ਦੇ ਸਮੇਂ ਪਾਣੀ ਵਿੱਚ ਰੁੜ ਜਾਂਦੇ ਹਨ ਜੋ ਕਿ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਦੋਸਤੋ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦੋਸਤੋ ਅਸੀਂ ਪਾਣੀ ਅਤੇ ਵਾਤਾਵਰਣ ਦਾ ਦੂਸ਼ਤ ਕਰਦੇ ਹੀ ਹਾਂ ਸਗੋਂ ਆਪਣੀ ਜਾਨ ਦਾ ਨੁਕਸਾਨ ਵੀ ਕਰ ਬੈਠਦੇ ਹਾਂ ਕੀ ਸਾਨੂੰ ਗਣੇਸ਼ ਜੀ ਮਹਾਰਾਜ ਇਹ ਸਭ ਸਿਖਾਉਂਦੇ ਹਨ ਇਹ ਗੱਲ ਸੋਚਣ ਤੇ ਸਮਝਣ ਵਾਲੀ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਗਣਪਤੀ ਵਿਸਰਜਣ ਦੇ ਸਮੇਂ ਹਜ਼ਾਰਾਂ ਨੌਜਵਾਨ ਪਾਣੀ ਦੇ ਵਿੱਚ ਰੁੜ ਜਾਂਦੇ ਹਨ ਜੋ ਕਿ ਮੌਤ ਦੇ ਮੂਹ ਵਿੱਚ ਚਲੇ ਜਾਂਦੇ ਹਨ ਤੇ ਖੁਸ਼ੀਆਂ ਦਾ ਇਹ ਮਹਾਉਤਸਵ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਸੋ ਦੋਸਤੋ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਪਾਠ ਪੂਜਾ ਦੇ ਨਾਲ ਨਾਲ ਆਪਣੇ ਵਾਤਾਵਰਣ ਦਾ ਆਪਣੇ ਲੋਕਾਂ ਦਾ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੀਏ ਧੰਨਵਾਦ